ਨਾਲ ਉਹਨੂੰ ਸ਼ੇਅਰ ਕਰਦੇ ਰਹਿਓ ਗਰੁੱਪਾਂ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਕੀ ਹਾਲਾ ਮੇਰੇ ਸ਼ਹਿਰ ਦਾ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 15 ਜੂਨ 2022 ਤੇ ਸਵੇਰ ਦੇ 9:00 ਵਜੇ ਚ ਕੋਈ ਵੀ ਬਾਈਬਲ ਮੈਂਟਰ ਰਹਿੰਦੇ ਨੇ ਬਠਿੰਡੇ ਦਾ ਗਰੋਥ ਸੈਂਟਰ ਪਿੱਛੇ ਮੇਰੇ ਦੇਖ ਰਹੇ ਹੋ ਇਧਰ ਦੇ ਪਾਸੇ ਇੱਕ ਕਲੋਨੀ ਹੈ ਸਿਲਵਰ ਸਿਟੀ ਕਹਿੰਦੇ ਨੇ ਜੀ ਇਹਨੂੰ ਸਿਲਵਰ ਸਿਟੀ ਬਠਿੰਡੇ ਦਾ ਮਾਨਸਾ ਰੋਡ ਤੇ ਆ ਬ੍ਰਦਰ ਇਹੇ ਇੱਕ ਕਲੋਨੀ ਵੀ ਤੇ ਗ੍ਰੋਥ ਸੈਂਟਰ ਵੀ ਸਨ ਚ ਆ ਗਈਆਂ ਸੈਂਟਰ ਦੇ ਵਿੱਚ ਆ ਗਈਆਂ ਲਾਈਨ ਅਪ ਇਹ ਇਸ ਜਗ੍ਹਾ ਤੇ ਰਾਤੀ ਵੀ ਅਸੀਂ ਲੋਕ ਕੁਝ ਇਹ ਲੋਕ ਨੇ ਮੈਂ ਅਸੀਂ ਇਹ ਟੀਮ ਸਾਰੀ ਰਾਤੀ ਵੀ ਇੱਥੇ ਖੜੀ ਸੀ ਬਟ ਉਦੋਂ ਉਹ ਖਬਰ ਕਰਨੀ ਤਾਂ ਜ਼ਰੂਰੀ ਸੀ ਕਿ ਇਹ ਜਿਹੜਾ ਗੰਦ ਇੱਥੇ ਪਿਆ ਇਹ ਮੈਂ ਤੁਹਾਨੂੰ ਦਿਖਾ ਦਿਆਂ ਇਹਦੇ ਵਿੱਚ ਇੱਕ ਵਛਾ ਫਸ ਗਿਆ ਸੀ ਵਛਾ ਫਸ ਗਿਆ ਸੀ ਤੇ ਉਹ ਮੈਂ ਤੁਹਾਨੂੰ ਇਹ ਸੀਗਾ ਵੀ ਮੈਂ ਤੁਹਾਨੂੰ ਬੱਚਾ ਵਛਾ ਦਿਖਾ ਦਿਆਂ ਵੀ ਉਹ ਪਾਣੀ ਦੇ ਝਾਗ ਦੇ ਵਿੱਚ ਉਸ ਗੰਦੇ ਪਾਣੀ ਚ ਗਿਆ ਸੀ ਆਈ ਥਿੰਕ ਇਹ ਤੁਸੀਂ ਵੇਖ ਲਓ ਵੀ ਇਹ ਫੈਕਟਰੀਆਂ ਦਾ ਜਿਹੜਾ ਪਾਣੀ ਇੱਥੇ ਆਉਂਦਾ ਉਦੋਂ ਰਾਤ ਸੀ ਤਾਂ ਤੁਹਾਨੂੰ ਇਹ ਸਾਰਾ ਇਹ ਦੇਖਣਾ ਨਹੀਂ ਸੀ ਵੀ ਕੀ ਹੈ ਕੀ ਇਸ ਕਰਕੇ ਫਿਰ ਇਹ ਸੋਚਿਆ ਗਿਆ ਵੀ ਕਿਉਂ ਨਾ ਯਾਰ ਇਹ ਤੁਹਾਨੂੰ ਦਿਖਾਇਆ ਜਾਵੇ ਦਿਨੇ ਵੀ ਹੁਣ ਦੱਸ ਦਿਆਂ ਮੈਂ ਤੁਹਾਨੂੰ ਕਿ ਮੇਰੇ ਵੀਰ ਇਹ ਗ੍ਰੋਥ ਸੈਂਟਰ ਦੀਆਂ ਫੈਕਟਰੀਆਂ ਨੇ ਭਾਈ ਗੁਰੂ ਕਰੇ ਸਾਰੇ ਲੋਕ ਤਰੱਕੀਆਂ ਕਰਨ ਫੈਕਟਰੀਆਂ ਵਾਲੇ ਕਿਉਂਕਿ ਇਹ ਲੋਕ ਤਰੱਕੀਆਂ ਕਰਨਗੇ ਤਾਂ ਮਜ਼ਦੂਰਾਂ ਨੂੰ ਰੋਟੀ ਮਿਲੇਗੀ ਜਿਹੜੇ ਇਹਦੇ ਵਿੱਚ ਜੌਬ ਕਰਦੇ ਆ ਪਰ ਉਹਨਾਂ ਤਰੱਕੀਆਂ ਦੇ ਵਾਸਤੇ ਕਿਸੇ ਦੀ ਜਾਨ ਲੈਣੀ ਉਹ ਬਹੁਤ ਔਖਾ ਕਿਸੇ ਨੂੰ ਹਰਾਸ ਕਰਨਾ ਉਹ ਮਾੜੀ ਗੱਲ ਹੈ ਜਿਵੇਂ ਤੁਸੀਂ ਇਹ ਦੇਖੋ ਰਸਤੇ ਵਿੱਚ ਦਿਖਾਇਆ ਸੀ ਵੀ ਇਹਦੇ ਵਿੱਚ ਇੱਕ ਵੱਛਾ ਫਸਿਆ ਹੋਇਆ ਸੀ ਜੇ ਇਹ ਲੋਕ ਨਾ ਹੁੰਦੇ ਇਹ ਚੰਗੇ ਲੋਕ ਚੰਗੀ ਸੁਭਾਅ ਦੇ ਲੋਕ ਦਾਨੀ ਸੱਜਣ ਇਹ ਨਾ ਹੁੰਦੇ ਤਾਂ ਇੱਕ ਵਛਾ ਹੋਰ ਜਿਹੜਾ ਇਹਦੀ ਭੇਟ ਚੜ ਜਾਣਾ ਸੀ ਤੇ ਇਹ ਵੀ ਹੋ ਸਕਦਾ ਸੀ ਵੀ ਰਾਜਨੀਤੀ ਵੀ ਹੁੰਦੀ ਪਰ ਨਹੀਂ ਮੈਂ ਤੁਹਾਨੂੰ ਆਜੋ ਮੇਰੇ ਵੀਰ ਆਪਾਂ ਚੱਲਦੇ ਆ ਹੁਣ ਦਿਨ ਵੇਲੇ ਵੀ ਮੈਂ ਤੁਹਾਨੂੰ ਦਿਖਾ ਦਿਆਂ ਵੀ ਇਹਦੇ ਹਾਲਾਤ ਇੱਕ ਵਾਰੀ ਲੌਂਗ ਸ਼ਾਟ ਚ ਦੇਖ ਲਓ ਇਹ ਸਾਰਾ ਗੰਦਾ ਪਾਣੀ ਹੈ ਜਿਹੜਾ ਇੱਥੇ ਆਉਂਦਾ ਕੋਈ ਕਿਸੇ ਵੱਲੋਂ ਕੋਈ ਧਿਆਨ ਨਹੀਂ ਦੇ ਰਿਹਾ ਦਿੱਤਾ ਜਾ ਰਿਹਾ ਕੋਈ ਪੋਲਿਊਸ਼ਨ ਬੋਰਡ ਕੋਈ ਧਿਆਨ ਨਹੀਂ ਦੇ ਰਿਹਾ ਵੀਜੀ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਹੁਣ ਇਧਰ ਜਾਣਾ ਵੀ ਮੈਨ ਲੱਦਾ ਔਖਾ ਹੁਣ ਤੁਸੀਂ ਇਹ ਵੇਖੋ ਇਧਰੋਂ ਦੀ ਵੀ ਜਾਣਾ ਪੈਣਾ ਪਰ ਆਪਾਂ ਜਾਵਾਂਗੇ ਲਾਉ ਦਿ ਆ ਜਾਓ ਮੇਰੇ ਵੀਰ ਆ ਥਾਸੀ ਇੱਥੇ ਬੱਛਾ ਸੀ ਹੁਣ ਨੇੜਿਓਂ ਇੱਥੋਂ ਥੋੜਾ ਜਿਹਾ ਜਾਣਾ ਪੈਣਾ ਆਪਾਂ ਨੂੰ ਹਣਾ ਆਜੋ ਫਿਰ ਆਪਾਂ ਇਹ ਮੁਹੱਲੇ ਵਾਸੀਆਂ ਨਾਲ ਇਹਨਾਂ ਨਾਲ ਭਰਾਵਾਂ ਨਾਲ ਗੱਲਬਾਤ ਕਰਾਂਗੇ ਰਾਤ ਵੀ ਇਹਨਾਂ ਨੇ ਕੁਝ ਦਿਖਾਇਆ ਸੀ ਲਓ ਜੀ ਕੀ ਨਾਮ ਬ੍ਰਦਰ ਤੁਹਾਡਾ ਅੰਗਰੇਜ਼ ਸਿੰਘ ਜੀ ਸਰਦਾਰ ਅੰਗਰੇਜ਼ ਸਿੰਘ ਰਾਤੀ ਇਹ ਪਸਾਰਾ ਇਹ ਨਜ਼ਾਰਾ ਦਿਖਾਇਆ ਸੀ ਲੋਕਾਂ ਨੂੰ ਹਣਾ ਇੱਥੋਂ ਐ ਨਹੀਂ ਭਾਤ ਜੀ ਮਾਰਦੀ ਵੀ ਜਿਵੇਂ ਦਿੱਲੀ ਦੇ ਕਿਸੇ ਅਸੀਂ ਏਰੀਏ ਦੇ ਵਿੱਚ ਆ ਕੇ ਖੜੇ ਹੋ ਗਏ ਬਹੁਤ ਗੰਦੀ ਬੋ ਮਾਰਦੀ ਬਹੁਤ ਜਿਆਦਾ ਗੰਦੀ ਕਿ ਇਥੋਂ ਖੜਨਾ ਤਾਂ ਦੂਰ ਦੀ ਗੱਲ ਇਥੋਂ ਦੀ ਲੰਘਣਾ ਵੀ ਔਖਾ ਹੈ ਕਿ ਆਪਾਂ ਜਿਹੜਾ ਦੋ ਸਕੈਂਡ ਦੇ ਵਿੱਚ ਆਪਾਂ ਪਾਰ ਕਰ ਜਾਂਦੇ ਹਾਂ ਰਸਤਾ ਉਹ ਰਸਤਾ ਜਿਹੜਾ ਲੰਘਣਾ ਵੀ ਔਖਾ ਹੈ ਖੜਨਾ ਤਾਂ ਬਹੁਤ ਦੂਰ ਦੀ ਗੱਲ ਅਸੀਂ ਇੱਥੇ ਰਹਿ ਰਹੇ ਹਾਂ ਸਮੇਤ ਪਰਿਵਾਰ ਰਹਿ ਰਹੇ ਹਾਂ ਕਲੋਨੀ ਦੇ ਘਟੋ ਘਟ 250 ਘਰ ਹੋਊਗਾ ਜਿਹੜੇ ਅਸੀਂ ਇੱਥੇ ਰਹਿ ਰਹੇ ਹਾਂ ਇਸ ਗੰਦੇ ਮਾਹੌਲ ਦੇ ਵਿੱਚ ਜਿਹੜਾ ਇੱਕ ਗੰਦਗੀ ਦਾ ਜਿਹੜਾ ਹੈਗਾ ਉਹ ਸਾਰਾ ਸਾਨੂੰ ਘਰੇ ਬੈਠਿਆਂ ਨੂੰ ਮੁਸ਼ਕਾਉਂਦਾ ਉਸ ਚੀਜ਼ ਦਾ ਬਿਲਕੁਲ ਮੈਂ ਤੁਹਾਨੂੰ ਦਿਖਾ ਦਿਆਂ ਆ ਦੇਖੋ ਜਿਹੜੀ ਮੈਂ ਗੱਲ ਕੀਤੀ ਸੀ ਉਹ ਦੇਖੋ ਇੱਕ ਗਾਂ ਉਹਦਾ ਕੰਕਾਲ ਇਹ ਰਾਤ ਵੀ ਮੈਂ ਦਿਖਾਇਆ ਸੀ ਪਰ ਦਿਨੇ ਦਿਖਾਣਾ ਬਹੁਤ ਜ਼ਿਆਦਾ ਜ਼ਰੂਰੀ ਸੀ ਵੀ ਇਹ ਹਾਲ ਹੈ ਹੁਣ ਇਹ ਗਾਂ ਇੱਥੇ ਫਸ ਗਈ ਠੀਕ ਹੈ ਤੇ ਉਹਦੇ ਕਿੱਡੇ ਹਾਲਾਤ ਮਾੜੇ ਹੋਣਗੇ ਇਹ ਦੂਰ ਤੱਕ ਦੇਖ ਲਓ ਇਹ ਮੱਲਾ ਵਾਲਿਆਂ ਦਾ ਇਹ ਕਹਿੰਦਾ ਵੀ ਪਾਜੀ ਇੱਥੇ ਦੂਰ ਟਿਕਾ ਜਾਓ ਇੱਕ ਆਜੋ ਇੱਕ ਉਹ ਅੱਗੇ ਪਈ ਜਾਓ ਆਜੋ ਆਜੋ ਕਿਉਂਕਿ ਰਾਤ ਸੀ ਨਾ ਤਾਂ ਰਾਤ ਦਿਖਾਇਆ ਨਹੀਂ ਸੀ ਜਾਣਾ ਸੀ ਪ੍ਰੋਪਰ ਪਰ ਅੱਜ ਤੁਹਾਨੂੰ ਹੁਣ ਫੇਰ ਸਵੇਰੇ ਦਖਾਨਾ ਮੈਂ ਵੀ ਇਥੇ گاਵਾ ਵਿਚਾਰੀਆਂ ਕਿਸ ਤਰੀਕੇ ਦੇ ਨਾਲ ਫਸੀਆਂ ਹੋਈਆਂ ਨੇ ਮਰ ਗਈਆਂ ਵਿਚਾਰੀਆਂ ਓ ਮਾਈ ਗਾਡ ਮਾਈ ਗਾਡ ਮਾਈ ਗਾਡ ਉਹ ਦੇਖ ਰਹੇ ਹੋ ਕੋਈ ਬੱਚਾ ਨਹੀਂ ਹੈ ਪੂਰੀ ਵੱਡੀ ਗਾਆਂ ਵੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਪੂਰਾ ਜ਼ੋਰ ਵੀ ਉਹਨੇ ਲਾਇਆ ਹੋਊਗਾ ਪਰ ਉਹ ਤੋਂ ਫਿਰ ਵੀ ਉਹਦੇ ਵਿੱਚੋਂ ਨਿਕਲਿਆ ਨਹੀਂ ਗਿਆ ਕਿੱਡੀ ਉਹ ਗੰਦਗੀ ਹੈ ਕਿੱਡਾ ਇਹ ਗਰਕ ਹੈ ਜਿਹਦੇ ਵਿੱਚ ਉਹ ਫਸ ਕੇ ਵਿੱਚ ਹੀ ਮਰ ਗਈ ਕਿੰਨੀ ਤੜਫੀ ਹੋਊਗੀ ਜਾਨਤਾ ਇਨਸਾਨ ਦੀ ਵੀ ਉਹੀ ਹੈ ਜਾਨਵਰ ਪਸ਼ੂ ਪੰਛੀ ਦੀ ਵੀ ਉਹੀ ਹੈ ਤਰਫਤਾ ਇਕੋ ਹੀ ਹੈ ਨਾ ਗੱਲ ਮਹਿਸੂਸ ਕਰਨ ਦੀ ਹੈ ਇਹ ਇੱਥੇ ਸਿਟੀ ਜਾਂਦੇ ਨੇ ਇਹਨਾਂ ਨੇ ਕਦੇ ਅੱਜ ਤੱਕ ਕਦੇ ਸੋਚਿਆ ਹੀ ਨਹੀਂ ਇਹ ਵੀ ਇੱਥੇ ਆ ਮਰੀ ਜਾਂਦੇ ਨੇ ਇੱਕ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਾਂ ਰਾਤ ਵੀ ਅਸੀਂ ਇਹ ਇੱਕ ਥੋੜਾ ਜਿਹਾ ਐ ਕਹੋ ਵੀ 50 ਜਾਂ 100 ਫੁੱਟ ਦਾ ਏਰੀਆ ਮੈਂ ਤੁਹਾਨੂੰ ਇੱਕ ਐਂਗਲ ਤੋਂ ਦਿਖਾਇਆ ਸੀ ਹੈਨਾ ਪਰਲਾ ਪਾਸਾ ਜਿਹੜਾ ਤੁਸੀਂ ਵੇਖੋ ਉਹ ਪਰਲੇ ਪਾਸੇ ਵੀ ਬੜੀਆਂ گاਵਾ ਬੜੇ ਵਛੇ ਬੜੇ ਪਸ਼ੂ ਜਿਹੜੇ ਇਹਦੇ ਵਿੱਚ ਦਬੇ ਹੋਣਗੇ ਹਨਾ ਆਪਾਂ ਚੱਲਦੇ ਇੱਕ ਵਾਰੀ ਆਜੋ ਉਹ ਵੀ ਪਈ ਆ ਉਹ ਉਹ ਵਿਚਾਲੇ ਜੀ ਆਹ ਵਿਚਾਲੇ ਉਹ ਸਰ ਉਹੀ ਹੈ ਨਾ ਆ گول ਕੁੰਡਲ ਜਾਈਏ ਆ گول ਕੁੰਡਲ ਸਾਹਮਣੇ ਜੀ ਆ ਵਿਚਾਲੇ ਇਹ ਬਾੜਗਾ ਹੋਣਗੇ ਇੱਥੇ ਪਤਾ ਹੈ ਸਰ ਵਿੱਚ ਬਹੁਤ ਹਾਂ ਬਿਲਕੁਲ ਹਾਂ ਰਾਤ ਰਾਤ ਉਹ ਵੀ ਦਿਖਾਇਆ ਸੀਗਾ ਪਰ ਆਪਾਂ ਇਹਦੇ ਪਾਸਿਓਂ ਕਹਿ ਲੀਏ ਵੀ ਇਹਦਾ ਆਸਾ ਪਾਸਾ ਪਰਲਾ ਦਿਖਾਈਏ ਇਹ ਇੱਧਰ ਰਾਤੀ ਆਪਾਂ ਦਿਖਾਤਾ ਸੀ ਆਵਲਾ ਫਿਰ ਵੀ ਇੱਕ ਵਾਰੀ ਨੇੜੇ ਆ ਤਾਂ ਤੁਹਾਨੂੰ ਮੈਂ ਦਿਖਾ ਦਿਆਂ ਆ ਤੁਸੀਂ ਦੇਖੋ ਕੰਕਾਲ ਉੱਥੇ ਪਿਆ ਉਹ ਵੀ ਚਲੋ ਲੱਗੇ ਹੱਥ ਦਿਖਾਉਂਦਾ ਹੀ ਜਾਵਾਂ ਫਿਰ ਫਿਰ ਆਪਾਂ ਪਰਲੇ ਪਾਸੇ ਚੱਲਦੇ ਆ ਮੇਰੇ ਵੀਰ ਤੁਸੀਂ ਇਹ ਦੇਖੋ ਯਾਰ ਆ ਲੋ ਇਹ ਦੇਖ ਲੋ ਕੰਕਾਲ ਕਿਸੇ ਗਾਂ ਦਾ ਇਹ ਹਾਲ ਹੈ ਮੇਰੇ ਸ਼ਹਿਰ ਬਠਿੰਡਾ ਦੇ ਵਿੱਚ ਗ੍ਰੋਥ ਸੈਂਟਰ ਦੇ ਨਾਲ ਲੱਗਦੀ ਜਗ੍ਹਾ ਜਿੱਥੇ ਇਦਾਂ ਫੈਕਟਰੀਆਂ ਚੋਂ ਵੇਸਟ ਆਂਦਾ ਗੰਦਾ ਪਾਣੀ ਆਂਦਾ ਹੁਣ ਤੁਸੀਂ ਦੇਖੋ ਇੱਥੇ ਸੁੱਟਿਆ ਜਾ ਰਿਹਾ ਕੂੜਾ ਆ ਜੋ ਵੀ ਲੈਦਰ ਦੇ ਹੈਗਾ ਕੁਝ ਹਨਾ ਇਹ ਵੀ ਇੱਥੇ ਬੂਟਾਂ ਵਾਲੀ ਫੈਕਟਰੀ ਦਾ ਜਿਹੇ ਚੱਪਲਾਂ ਬੂਟਾਂ ਵਾਲੀ ਓਕੇ ਆਜੋ ਆਪਾਂ ਪਰਲੇ ਪਾਸੇ ਵੀ ਚੱਲੀਏ ਜੀ ਆਪਾਂ ਉਹ ਵੀ ਦਿਖਾ ਦਈਏ ਵੀ ਜੋ ਕੂੜਾ ਕਰਕਟ ਇੱਥੇ ਸੁੱਟਣਾ ਆ ਲੋਕ ਇਧਰ ਕਲੋਨੀ ਗੰਦੀ ਹਵਾ ਸੌਰੀ ਉਧਰਲੇ ਪਾਸੇ ਜਾਣੀ ਹੈ ਤਾਂ ਮੈਂ ਹੈਰਾਨ ਆ ਵੀ ਇਹ ਲੋਕ ਇੱਥੇ ਰਹਿੰਦੇ ਕਿਸ ਤਰੀਕੇ ਨਾਲ ਆ ਦੇਖ ਲਓ ਤੁਸੀਂ ਰਹਿੰਦੇ ਕਿਸ ਤਰੀਕੇ ਨਾਲ ਹੋਣਗੇ ਬੱਚਿਆਂ ਨੂੰ ਬਿਮਾਰੀਆਂ ਬਿਮਾਰੀਆਂ ਵੀ ਬਹੁਤ ਬਬਜੀ ਕੀ ਨਾਮ ਕੀ ਤੁਹਾਡਾ ਸ਼ਾਮਿਲ ਨਾਮ ਆ ਜੀ ਮੇਰਾ ਸ਼ਾਮਿਲ ਜੀ ਬੱਚਿਆਂ ਨੂੰ ਬਿਮਾਰੀਆਂ ਵੀ ਬਹੁਤ ਕਰਦੀਆਂ ਹੋਣਗੀਆਂ ਸਰ ਤਰੀਕੇ ਦਾ ਤੁਸੀਂ ਇਹ ਦੇਖ ਰਹੇ ਹੋ ਜਿੱਦਾਂ ਦੇ ਹਾਲਾਤ ਬਣੇ ਹੋਇਆ ਤੁਹਾਨੂੰ ਮੈਂ ਕੀ ਦੱਸਾਂ ਸਰ ਅਸੀਂ ਇੰਨੇ ਪਰੇਸ਼ਾਨ ਹੋ ਚੁੱਕੇ ਹਾਂ सवेरे शाम की बहु आंदी है गंदी मतलब हम आप लोग मतलब इन्ना समझा ही नहीं सकते तह किन्ने परेशान हैं इसी लोग की साढ़े बच्चे तो किन्ने परेशान हैं सवेरे शाम कहते पापा इतों बहु आंदी है ये है बो आजी अब हम लोग तो मतलब इतने हार थक चुके हैं कि क्या करें सर लास्टली हमें आप लोगों को अप्रोच करना पड़ा कि सर हमारी हेल्प क्योंकि प्रशासन इसमें हमारी कोई हेल्प नहीं कर रहा है तो प्रशासन से भी हमने कई बार बात की लेकिन प्रशासन से भी हमें अभी तक कोई भी सहयोग नहीं मिला सर ਪਰਸ਼ਾਸਨ ਹੁਣ ਤੁਸੀਂ ਆ ਦੇਖਿਓ ਇਹ ਇਹ ਹੁਣ ਤੁਸੀਂ ਵੇਖੋ ਇਹ ਸਾਰਾ ਇਹ ਸਭ ਗੰਦ ਇੱਥੇ ਸੁੱਟਿਆ ਜਾ ਰਿਹਾ ਜਨਾਬ ਆਜੋ ਅੱਗੇ ਦਿਖਾ ਦਿਆ ਮੈਂ ਤੁਹਾਨੂੰ ਕਿ ਕੀ ਹਾਲ ਨੇ ਇੱਥੋਂ ਦੇ ਬਠਿੰਡਾ ਇਹ ਸਾਰਾ ਗੰਦ ਤੇ ਇਥੇ ਇੰਨੀ ਜ਼ਿਆਦਾ ਮੁਸ਼ਕ ਆ ਰਹੀ ਹੈ ਮੇਰੇ ਵੀ ਤੁਹਾਨੂੰ ਕੈਮਰੇ ਚ ਦੇਖ ਕੇ ਨਹੀਂ ਪਤਾ ਲੱਗਣਾ ਤੁਹਾਨੂੰ ਆਪਣੇ ਮੋਬਾਈਲ ਚ ਦੇਖ ਕੇ ਨਹੀਂ ਪਤਾ ਲੱਗਣਾ ਵੀ ਕਿੰਨੀ ਇੱਥੋਂ 스멜 ਆ ਰਹੀ ਹੈ ਸਿਰ ਦੁਖਣਾ ਜਿਹੜਾ ਹਾਂਜੀ ਪਲੀਜ਼ ਆਪਾਂ ਚੱਲਦੇ ਹਾਂ ਉੱਧਰ ਵੀ ਚੱਲਦੇ ਆਂ ਆਜੋ ਜੀ ਬਿਲਕੁਲ ਐਤੋਂ ਦੀ ਚੱਲਦੇ ਆ ਜੀ ਆ ਦੇਖੋ ਯਾਰ ਕਿਵੇਂ ਹੱਥ ਪਏ ਇੱਧਰ ਹਾਂ ਜਾਨਵਰਾਂ ਦੇ ਨਾਲ ਆਹ ਦੇਖ ਲਓ ਆ ਦੇਖੋ ਆ ਜਾਨਵਰਾਂ ਦੇ ਹੱਟਾ ਜਿਹੜੇ ਮਰੇ ਹੋਏ ਆ ਜੀ ਇਹ ਪਤਾ ਨਹੀਂ ਕਿੰਨੇ ਕੁ ਹੋਰ ਪਤੇ ਕਿੰਨੇ ਕ ਦਬੇ ਪਏ ਜੀ ਇਹ ਜਗ੍ਹਾ ਤੇ ਇੰਨਾ ਬੁਰਾ ਹਾਲ ਹੈ ਸਾਰੀ ਗੰਦਗੀ ਮੁਸ਼ਕ ਮਰੀ ਜਾਂਦਾ ਹੈ ਸਾਰਾ ਮੱਲੇ ਬਸ ਰਹਿਣਾ ਤੋਂ ਪਰ ਹੋਇਆ ਹੋਇਆ ਹੈ ਜੀ ਸਾਡਾ ਤਾਂ ਬਸ ਕਰੀਏ ਕਿ ਵੀ ਅਸੀਂ ਇੱਥੋਂ ਭੱਜ ਨਹੀਂ ਸਕਦੇ ਬਸ ਇਹਨਾਂ ਨੇ ਫੈਕਟਰੀ ਵਾਲੇ ਨੇ ਇੰਨਾ ਗੰਦ ਪਾਤਾ ਜੀ ਵਾਰ-ਵਾਰ ਬੇਨਤੀ ਕਰਨ ਤੇ ਵੀ ਇਹਨਾਂ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਤੁਸੀਂ ਤੁਸੀਂ ਇਹਨਾਂ ਦੇ ਪ੍ਰਧਾਨ ਜੀ ਨੂੰ ਜਾਂ ਕਿਸੇ ਹੋਰ ਨੂੰ ਜਾ ਕੇ ਕਿਸੇ ਨੂੰ ਕਿਹਾ ਹੋਵੇ ਨਹੀਂ ਜੀ ਜਿਹੜੇ ਆਪਣੇ ਫੈਕਟਰੀ ਦੇ ਜਿਹੜੇ ਮਾਲਕ ਹੈ ਜੀ ਮੈਂ ਉਹਨਾਂ ਨੂੰ ਉਹਨਾਂ ਦਾ ਨੰਬਰ ਲੈ ਕੇ ਉਹਨਾਂ ਨਾਲ ਮੈਂ ਗੱਲ ਕੀਤੀ ਮੈਂ ਉਹਨਾਂ ਨੂੰ ਕਿਹਾ ਵੀ ਐਂ ਕਰਕੇ ਤੁਸੀਂ ਇੱਥੇ ਗੰਦ ਪਾਉਣਾ ਕਹਿੰਦੇ ਸਾਡੇ ਪ੍ਰਧਾਨ ਨਾਲ ਗੱਲ ਕਰ ਲੋ ਅਸੀਂ ਕਹਾਂ ਵੀ ਥਾਰੇ ਸੀ ਪ੍ਰਧਾਨ ਨਾਲ ਕਿਉਂ ਗੱਲ ਕਰ ਗਏ ਜੇ ਤਾਂ ਜੇ ਤੁਹਾਡੀ ਜਗਾ ਵੀ ਹੈਗੀ ਤਾਂ ਉਹਨੂੰ ਤੁਸੀਂ ਐ ਖੁੱਲੇ ਦੇ ਵਿੱਚ ਤਾਂ ਤੁਸੀਂ ਫੇਰ ਵੀ ਨਹੀਂ ਛੱਡ ਸਕਦੇ ਉਹਨੂੰ ਕਵਰ ਕਰੋ ਜਾਂ ਬੰਦ ਕਰੋ ਕਹਿੰਦੇ ਸਾਡੇ ਨਾਲ ਪ੍ਰਧਾਨ ਜੀ ਨਾਲ ਗੱਲ ਕਰ ਲਓ ਨੇ ਫੋਨ ਕੱਟਦਾ ਜੀ ਉਸ ਤੋਂ ਬਾਅਦ ਦੇ ਵਿੱਚ ਫਿਰ ਉਹ ਬਾਅਦ ਦੇ ਵਿੱਚ ਫੋਨ ਆ ਕੇ ਜਦੋਂ ਮੈਂ ਥੋੜਾ ਸਖਤਾਈ ਨਾਲ ਕਿਹਾ ਵੀ ਅਸੀਂ ਸਾਰੇ ਮਹੱਲੇ ਵਾਲੇ ਤੁਹਾਡੇ ਆ ਕੇ ਫੈਕਟਰੀ ਮੂਰੇ ਧਰਨਾ ਲਾਵਾਂਗੇ ਸਾਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਨੇ ਇਹ ਗੱਲ ਕਹੀ ਹੈ ਵੀ ਇਹ ਤੋਂ ਬਾਅਦ ਅਸੀਂ ਨਹੀਂ ਸੱਟਾਂਗੇ ਇਹ ਕਿੰਨੀ ਪੁਰਾਣੀ ਗੱਲ ਹੈ ਇਹ ਸਰ 3-4 3-4 ਕੁ ਮਹੀਨੇ ਦੀ ਪੁਰਾਣੀ ਗੱਲ ਆ ਗਈ ਪਰ 1 ਮਹੀਨਾ ਮੁਸ਼ਕਲ ਨਾਲ 15-20 ਦਿਨ ਹਟੇ ਹੋਣਗੇ ਜੀ ਦੁਬਾਰੇ ਫੇਰ ਸ਼ੁਰੂ ਕਰਤਾ ਜੀ ਆ ਜੋ ਆਪ ਮੈਂ ਇੱਕ ਵਾਰੀ ਦਿਖਾ ਦਈਏ ਮੁਸ਼ਕਲ ਨਾਲ 3-4 ਦਿਨ ਜਾਂ 15 ਦਿਨ ਹਟੇ ਹੋਣਗੇ ਤੁਸੀਂ ਇਹ ਵੇਖੋ ਆ ਪੈਰ ਤੁਹਾਨੂੰ ਮੈਂ ਦਿਖਾ ਦਿਆਂ ਚਲੋ ਇਹ ਗਾਵਾਂ ਦੇ ਪੈਰ ਨੇ ਮੇਰੇ ਵਿੱਚ ਪਸ਼ੂ ਦੇ ਕਿਸੇ ਦੇ ਵੀ ਹੈਨਾ ਇਟ ਮੀਨਸ ਉਹ ਵੀ ਇੱਥੇ ਕੋਈ ਨਾ ਕੋਈ ਫਸਿਆ ਹੋਣਾ ਇਹ ਹਾਲ ਤੁਸੀਂ ਇਹ ਵੇਖ ਲਓ ਹੇ ਦਿਖਾਓ ਜੀ ਉਹ ਦੇਖੋ ਸਾਰਾ ਗੰਦ ਹੀ ਇਧਰ ਏਰੀਆ ਚ ਸੁੱਟਿਆ ਜਾਂਦਾ ਕੈਮੀਕਲ ਸਾਰਾ ਅੱਛਾ ਇੱਕ ਇੱਕ ਗੱਲ ਹੋਰ ਹੈ ਇੱਕ ਗੱਲ ਹੋਰ ਹੈ ਬ੍ਰਦਰ ਇਹ ਜਿੰਨਾ ਵੀ ਸਾਰਾ ਗੰਦਾ ਪਾਣੀ ਇਹ ਰਿਸਕੇ ਜ਼ਮੀਨ ਚ ਜਾਣਾ ਹਾਂਜੀ ਹੁਣ ਇਹੀ ਪਾਣੀ ਤੁਸੀਂ ਮੋਟਰਾਂ ਰਾਹੀਂ ਖਿੱਚ ਕੇ ਓਬਵੀਅਸ ਪਾਣੀ ਧਰਤੀ ਚੋਂ ਖਿੱਚਣਾ ਹੈ ਤੇ ਉਹੀ ਤੁਸੀਂ ਪੀਂਦੇ ਹੋਵੋਗੇ ਜਿੰਨੇ ਉਹੀ ਪੀਣੇ ਆ ਸਰ ਤੇ ਮਹਾਰਾਜ ਫਿਰ ਕੈਂਸਰ ਕਿਵੇਂ ਨਾ ਹੋਵੇ ਕੈਂਸਰ ਸਰ ਬਿਲਕੁਲ ਨਾਲ ਸਾਡੇ ਹਸਪੀਟਲ ਬਣ ਗਿਆ ਜੀ ਫਿਰ ਇੱਥੋਂ ਕੈਂਸਰ ਦੇ ਜਿਹੜੇ ਪੇਸ਼ੈਂਟ ਆ ਜੀ ਇੱਥੋਂ ਹੁਣ ਹਸਪੀਟਲ ਹੀ ਜਾਣਗੇ ਹੋਰ ਤਾਂ ਕੋਈ ਹੱਲ ਹੈ ਨਹੀਂਗਾ ਜੀ ਇੱਥੇ ਆ ਸਾਰਾ ਪਾਣੀ ਹੁਣ ਇਹ ਧਰਤੀ ਦੇ ਵਿੱਚ ਜਾਣਾ ਜੀ ਇਹ ਇਹ ਸਾਰਾ ਪਾਣੀ ਮਿਕਸ ਹੋ ਕੇ ਅਸੀਂ ਪੀਣਾ ਜੀ ਤੇ ਕੈਂਸਰ ਤਾਂ ਆ ਹੋਣਾ ਹੀ ਹੋਣਾ ਆਟੋਮੈਟਿਕ ਹੀ ਹੋਣਾ ਜੀ ਅੱਗੋਂ ਦਿਖਾ ਦਈਏ ਚਲੋ ਜੀ ਅੱਗੋਂ ਤੁਹਾਨੂੰ ਲੈ ਕੇ ਚੱਲਾਂ ਮੈਂ ਏ ਜੀ ਤੁਸੀਂ ਵੇਖ ਲਓ ਕਿੰਨਾ ਪੁਰਾਣਾ ਹਾਲ ਹੈ ਇੱਥੇ ਪਰ ਕੋਈ ਧਿਆਨ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਫੈਕਟਰੀ ਵਾਲਿਆਂ ਨੂੰ ਰਿਕੁਐਸਟ ਕੀਤੀ ਵੀ ਜਨਾਬ ਇਹ ਨਾ ਕੀਤਾ ਜਾਵੇ ਤਾਂ ਉਹ ਕਹਿੰਦੇ ਸਾਡੇ ਪ੍ਰਧਾਨ ਜੀ ਨਾਲ ਗੱਲ ਕਰ ਲਓ ਮਤਲਬ ਗੱਲ ਕਰ ਲਓ ਜੇ ਤਾਂ ਨਾ ਸੁਟਣਾ ਹੋਵੇ ਨਾ ਫਿਰ ਤਾਂ ਬੰਦਾ ਕਹਿੰਦਾ ਠੀਕ ਹੈ ਭਾਈ ਜੀ ਗੱਲ ਕਰ ਲਓ ਤਾਂ ਸਾਨੂੰ ਕੋਈ ਨਹੀਂ ਆ ਦੇਖ ਰਹੇ ਤੁਸੀਂ ਆ ਦੇਖੋ ਸਰ ਇਹ ਹਾਲ ਹੈ ਮੇਰੇ ਸ਼ਹਿਰ ਬਠਿੰਡਾ ਦੇ ਵਿੱਚ ਕੋਈ ਮਨ ਦਾ ਗਾਂ ਦਾ ਕੰਗਾਲ ਆਈ ਉਹ ਚਟਾ ਦਿਖ ਰਿਹਾ ਉਹ ਸਾਹਮਣੇ ਜੀ ਬਿਲਕੁਲ ਜੀ ਬਿਲਕੁਲ ਕੁਛ ਨਾ ਕੁਛ ਤਾਂ ਹੋਏਗਾ ਜ਼ਰੂਰ ਇਦਾਂ ਦਾ ਸੋ ਬਈ ਇੱਥੇ ਖੜਨਾ ਬਹੁਤ ਮੁਸ਼ਕਲ ਹੋਇਆ ਪਿਆ ਸਾਹ ਲੈਣਾ ਔਖਾ ਹੋਇਆ ਪਿਆ ਇਹਦੇ ਨਾਲ ਤਾਂ ਇੱਥੇ ਕਿੱਕਰ ਲੱਗੇ ਚੰਗੇ ਸੀ ਕਿ ਸੇ ਨੂੰ ਛਾਣ ਇਸੇ ਦਿੰਦੇ ਕਿਸਦਾ ਨੁਕਸਾਨ ਤਾਂ ਨਹੀਂ ਸੀ ਨਾ ਕਰਦੇ ਕੰਮ ਸੇ ਕਮ ਇਹ ਦੇਖੋ ਤੁਸੀਂ ਹਾਂਜੀ ਬਿਲਕੁਲ 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 ਉਹ ਵੀ ਇਧਰਲੀ ਹੈ ਜੀ ਹਵਾ ਵੀ ਹੁੰਦਾ ਜਿਹੜਾ ਹਵਾ ਦਾ ਮਹਾਨਾ ਉਹ ਵੀ ਇਧਰ ਆਪਣੇ ਕਲੋਨੀ ਵਾਲੇ ਪਾਸੇ ਹੈ ਜੀ ਤਾਂ ਤੁਸੀਂ ਉਧਰਲੇ ਪਾਸੇ ਖੜ ਕੇ ਵੀ ਤੁਸੀਂ ਤੁਹਾਨੂੰ ਸਮੈਲ ਬਹੁਤ ਜ਼ਿਆਦਾ ਆਊਗੀ ਜੀ ਇੱਥੇ ਤਾਂ ਬਹੁਤ ਉੱਥੋਂ ਆਪਾਂ ਦੇਖਿਆ ਮੈਂ ਇਹ ਕਹਿੰਦਾ ਉੱਥੇ ਆਪਾਂ ਦੇਖਿਆ ਵੀ ਕਿੱਡਾ ਬੁਰਾ ਹਾਲ ਸੀ ਇੱਥੇ ਉੱਥੋਂ ਮੈਂ ਹਾਈਟ ਤੋਂ ਇੱਕ ਵਾਰੀ ਆ ਦਿਖਾ ਦੇਣਾ ਵੇ ਕਿੰਨਾ ਬੁਰਾ ਹਾਲ ਹੈ ਦੇਖਦੇ ਰਹੋ ਜੀ ਇਹ ਹਾਲ ਆ ਹਾਈਟ ਤੋਂ ਦੇਖ ਲਓ ਤੁਸੀਂ ਉਹ ਸਾਹਮਣੇ ਕਲੋਨੀ ਆ ਬ੍ਰਦਰ ਉਹ ਸਾਹਮਣੇ ਕਲੋਨੀ ਇਹ ਸਾਰਾ ਗੰਦਾ ਪਾਣੀ ਦੀ ਬੋਅ ਹੈ ਜਿਹੜੀ ਇਹ ਉਧਰ ਨੂੰ ਜਾਂਦੀ ਹੈ ਇਹ ਮੈਂ ਤੁਹਾਨੂੰ ਦਿਖਾਣਾ ਸੀ ਇਸ ਕਰਕੇ ਕਿਉਂਕਿ ਇੱਥੋਂ ਦੇ ਹਾਲਾਤ ਇਹ ਮੁਹੱਲਾ ਵਾਸੀ ਜਿਹੜੇ ਨੇ ਕਿੰਨੇ ਪਰੇਸ਼ਾਨ ਨੇ ਆ ਦੇਖੋ ਤੁਸੀਂ ਇਹ ਅੱਜ ਦੇ ਨਹੀਂ ਇਹ 20-25 ਸਾਲ ਹੋ ਗਏ ਕੰਮ ਨੂੰ ਚੱਲਦੇ ਨੂੰ ਇੱਥੇ ਹੀ ਅੱਛਾ ਹਾਂਜੀ ਇਹ ਬਹੁਤ ਵਾਰੀ ਆਖ ਇਹਨਾਂ ਨੂੰ ਇਰਾ ਹਟ ਜਾਂਦੇ ਆ ਮੁੜ ਕੇ ਫੇਰ ਲੱਗ ਜਾਂਦੇ ਆ ਬਹੁਤ ਮੁਸ਼ਕਲ ਮਾਰਦੀ ਹੈ ਇਹ ਤੁਹਾਨੂੰ ਜੋ ਗੰਦਪਿਲ ਸਭ ਇੱਥੇ ਸੁੱਟਿਆ ਜਾ ਹਾਂਜੀ ਹਾਂਜੀ ਇਹ ਸਾਬਣ ਵਾਲਾ ਪਾਣੀ ਹੈ ਸਾਰਾ ਸਾਬਣ ਦਾ ਹੈ ਨਾ ਜਿਹੜਾ ਕਜਰਾ ਹੁੰਦਾ ਹੈ ਪ੍ਰਸ਼ਾਸਨ ਇਹਦੇ ਵਿੱਚ ਸਿੰਘ ਸਾਹਿਬ ਸਿੰਘ ਸਾਹਿਬ ਕੁਝ ਕਹਿਣਾ ਚਾਹ ਰਹੇ ਆਪਾਂ ਉਹਨਾਂ ਦੀ ਵੀ ਗੱਲ ਸੁਣ ਲਈ ਹਾਂਜੀ ਆਜੂ ਸਿੰਘ ਸਾਹਿਬ ਇੱਥੇ ਆਇਓ ਪ੍ਰਸ਼ਾਸਨ ਇਹਦੇ ਵਿੱਚ ਕੀ ਕਰਦਾ ਕਿੱਥੇ ਦੇਦਾ ਪੋਲਿਊਸ਼ਨ ਬੋਰਡ ਜਿਹੜਾ ਹੈਗਾ ਉਹ ਕਿੱਥੇ ਚੈੱਕ ਕਰਦਾ ਕਿ ਉਹ ਉੱਥੇ ਦਫ਼ਤਰਾਂ ਦੇ ਵਿੱਚ ਏਸੀਆਂ ਦੇ ਵਿੱਚ ਬੈਠ ਕੇ ਇਕੱਲਾ ਏਸੀ ਦੀ ਠੰਡਕ ਲੈ ਕੇ ਉੱਥੋਂ ਬੈਠ ਕੇ ਹਾਰੀ ਲਾ ਕੇ ਚਲੇ ਜਾਂਦੇ ਆ ਕੀ ਉਹਨਾਂ ਦਾ ਇਹ ਫਰਜ਼ ਨਹੀਂ ਪੈਂਦਾ ਜਦੋਂ ਨੌਕਰੀਆਂ ਕਰਦੇ ਨੇ ਤਨਖਾਹਾਂ ਲੈਂਦੇ ਨੇ ਤੇ ਉਹ ਆ ਕੇ ਦੇਖਣ ਕੀ ਇਹਨਾਂ ਨੇ ਕੋਈ ਜਿਹੜਾ ਹੈਗਾ ਸਰਟੀਫਿਕੇਟ ਲੇਤਾ ਕੀ ਇਹਨਾਂ ਨੇ ਕੋਈ ਪੁਖਤਾ ਪ੍ਰਬੰਧ ਕੀਤਾ ਇਹਨੂੰ ਸੁੱਟਣਾ ਠੀਕ ਹੈ ਕੋਈ ਵੀ ਕਾਰੋਬਾਰ ਕਰਦਾ ਬੰਦਾ ਉਹਦਾ ਜਿਹੜਾ ਵੇਸਟ ਮਟੀਰੀਅਲ ਆ ਸੁੱਟਣਾ ਪਰ ਉਹਦਾ ਕੋਈ ਪ੍ਰਬੰਧ ਵੀ ਹੁੰਦਾ ਇਸ ਚੀਜ਼ ਦਾ ਇਸ ਚੀਜ਼ ਨਾਲ ਕੋਈ ਪੋਲਿਊਸ਼ਨ ਨਹੀਂ ਹੁੰਦਾ ਪੋਲਿਊਸ਼ਨ ਬੋਰਡ ਦੇ ਇੱਕ ਸਿੰਗਲ ਕਾਰਵਾਈ ਦੱਸ ਦਿਓ ਕਿੱਥੇ ਕੀਤੀ ਇੱਕ ਦਿਨ ਅਸੀਂ ਮੈਂ ਤਾਂ ਤਿੰਨ ਸਾਲ ਹੋ ਗਏ ਇੱਥੇ ਰਹਿੰਦੇ ਨੂੰ ਉਦੋਂ ਪਹਿਲਾਂ ਦੇ ਭਾਈ ਸਾਹਿਬਾਂ ਨੇ 10 12 ਸਾਲ ਦੇ 15 ਸਾਲ ਦੇ ਰਹਿੰਦੇ ਆ ਕਿਸੇ ਇੱਕ ਦਿਨ ਆ ਕੇ ਇੱਥੇ ਚੈੱਕ ਕੀਤਾ ਹੋਵੇ ਇੱਥੇ ਆ ਕੇ 10 ਮਿੰਟ ਖੜਕੇ ਦੇਖਣ ਸਾਡੀ ਕਲੋਨੀ ਦੇ ਸਿੰਘ ਸਾਹਿਬ ਸਿੰਘ ਸਾਹਿਬ ਜੇ ਚੈੱਕ ਕੀਤਾ ਹੁੰਦਾ ਤੇ ਇਹ ਹਾਲ ਨਾ ਬਸ ਫਿਰ ਇੱਕ ਪ੍ਰਸ਼ਾਸਨ ਇਹ ਆ ਵੀ ਉੱਥੇ ਏਸੀਆਂ 'ਚ ਬੈਠ ਕੇ ਕੱਲੀਆਂ ਤਨਖਾਹਾਂ ਦਾ ਆਨੰਦ ਮਾਣਨਾ ਚਾਹੁੰਦੇ ਨੇ ਏਸੀ 'ਚ ਬਹਿਣਾ ਬਹੁਤ ਔਖਾ ਮੇਰੇ ਵੀਰ ਬਾਅਦ 'ਚ ਜਦੋਂ ਬੰਦਾ ਧੁੱਪ 'ਚ ਨਿਕਲਦਾ ਬਿਮਾਰ ਹੋ ਜਾਂਦਾ ਇਸ ਕਰਕੇ ਉਹਨਾਂ ਨੂੰ ਹੁੰਦਾ ਯਾਰ ਵੀ ਕਿਤੇ ਬਿਮਾਰ ਨਾ ਹੋਵੇ ਆ ਕੇ ਦੇਖਣ ਫਿਰ ਧੁੱਪ ਦੇ ਵਿੱਚ ਆ ਕੇ ਅਸੀਂ ਕਿਵੇਂ ਰਹਨੇ ਇੱਥੇ ਹਾਂਜੀ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਵੀ ਅਸੀਂ ਤਾਂ ਦੋਨੇ ਪਾਸੇ ਘਰ ਕੀ ਸਾਡੀ ਕਲੋਨੀ ਜੀ ਉਧਰ ਗੰਦੀ ਫੈਕਟਰੀ ਉਹ ਆ ਗਈ ਜੀ ਕੂੜੇ ਵਾਲੀ ਇਧਰ ਆ ਆ ਗਈ ਜੀ ਇਹ ਸਾਡੀ ਕਲੋਨੀ ਇੰਨਾ ਅਸੀਂ ਦੁਖੀ ਹੋਏ ਪਏ ਆ ਜਿਹੜਾ ਇਧਰ ਉਧਰ ਨੂੰ ਹਵਾ ਹੋ ਜਾਂਦੀ ਇਧਰੋਂ ਮਸ਼ਕ ਮਾਰਦਾ ਜਿਹ ਉਧਰੋਂ ਆਉਂਦੀ ਹਵਾ ਉਧਰੋਂ ਮਸ਼ਕ ਮਾਰਦਾ ਜੀ ਕਿਸੇ ਬੰਦੇ ਨੇ ਨਾ ਵੋਟਾਂ ਲੈ ਲਈਆਂ ਇਹਨਾਂ ਨੇ ਜੀ ਇੰਨਾ ਕਿ ਅੱਜ ਤੱਕ ਇਹ ਮਸ਼ੀਨਾਂ ਥੇ ਢੀੜਾ ਮਾਰਿਆ ਜੀ ਵੋਟਾਂ ਲੈ ਕੇ ਪਾਰ ਗਏ ਸਾਰੇ ਘਰੋ ਘਰੀ ਬੈਠੇ ਆਪਦੇ ਜੀ ਅਸੀਂ ਇੱਥੇ ਦੁਖੀ ਹੋਈ ਜਾਂਦੇ ਆ ਕੋਈ ਸਾਡੀ ਸੁਣਦਾ ਨਹੀਂ ਵੀ ਕਿਸੇ ਨੇ ਨਾ ਬਹੁਤ ਪਹਿਲਾਂ ਦੀ ਗੱਲ ਆ ਵੀ ਇੱਥੇ ਕਿਸ ਉਹ ਕੰਦੇ ਅਰ ਨਹੀਂ ਨਹੀਂ ਅਸੀਂ ਆਪਣੀ ਕੁੜੀ ਇੱਥੇ ਨਹੀਂ ਵਿਆਹਣੀ ਵੀ ਰਹਿਣ ਦੇ ਇੱਕ ਪਾਸੇ ਤਾਂ ਤੁਹਾਡੇ ਤਰ੍ਹਾਂ ਗਰੋਥ ਸੈਂਟਰ ਵੱਲੋਂ ਜਿਹੜਾ ਗੰਦ ਆਂਦਾ ਤੇ ਦੂਜੇ ਪਾਸੇ ਤੁਹਾਡੇ ਕੂੜੇ ਵਾਲਾ ਉਹ ਹੈ ਵੀ ਬਹੁਤ ਬਹੁਤ ਆਉਂਦੀ ਆ ਚਲੋ ਜੀ ਹੁੰਦੇ ਵਿਚੋਲੇ ਵਿਚੋਲਿਆਂ ਨੇ ਗੱਲਬਾਤ ਕਰਾ ਕੇ ਤੇ ਰਿਸ਼ਤਾ ਪੱਕਾ ਕਰਾਤਾ ਵਿਆਹ ਵੀ ਹੋ ਗਿਆ ਕੁੜੀ ਵਿਆਹ ਕੇ ਇਸ ਏਰੀਆ 'ਚ ਆ ਗਈ ਹੁਣ ਉਹਨੂੰ ਬੋਲ ਨਹੀਂ ਆਉਂਦੀ ਕਿਉਂਕਿ ਉਹਨੂੰ ਆਦਤ ਪੈਚ ਬੋ ਖਤਮ ਨਹੀਂ ਹੋਈ ਬੋ ਹੋਈ ਹੋਈ ਜੀ ਆਦਤ ਪੈ ਗਈ ਜੀ ਬੋ ਖਤਮ ਨਹੀਂ ਹੋਈ ਉਹ ਜਿਵੇਂ ਆਪਾਂ ਪੰਜਾਬੀ ਦੇ ਘਰ ਤਾਂ ਵੀ ਇੱਕ ਨੱਕ ਮਰ ਗਿਆ ਜੀ ਬਸ ਉਹ ਨੱਕ ਹੁਣ ਕਿੰਨਾ ਗੇ ਚਿਰ ਮਰ ਗਈ ਜੀ ਨੱਕ ਨੂੰ ਇਹਨੇ ਹਮੇਸ਼ਾ ਸਾਨੂੰ ਤਾਂ ਅਸੀਂ ਗੰਦਗੀ ਦੇ ਵਿੱਚ 24 ਘੰਟੇ ਗੰਦਗੀ ਚੋਂਨੇ ਆ ਜੀ ਪਰ ਜ਼ਮੀਰ ਤਾਂ ਨਹੀਂ ਨਾ ਮਰਿਆ ਜਮੀਰ ਨਹੀਂ ਸਰ ਮਰਿਆ ਜੀ ਜ਼ਮੀਰ ਨਹੀਂ ਮਰਿਆ ਸਾਡੇ ਬਾ ਸਾਡੇ ਥੋੜੇ ਮਾਧਿਮਾ ਰਾਹੀਂ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਵੀ ਜਿੰਨੀ ਜਲਦੀ ਹੋਵੇ ਜਾਂ ਤਾਂ ਇਹਨੂੰ ਬੰਦ ਕਰਾ ਦਿਓ ਜਾਂ ਸਾਡਾ ਕੁਝ ਰਹਿਣ ਦਾ ਕਿਸੇ ਪਾਸੇ ਹੋਰ ਪ੍ਰਬੰਧ ਕਰ ਦਿਓ ਜੀ ਅਸੀਂ ਬਹੁਤ ਵੇਚ ਕੇ ਵੇਚ ਕੇ ਵੀ ਨਹੀਂ ਜਾ ਸਕਦੇ ਕਿ ਸਰ ਜਰ ਕੋਈ ਖਰੀਦੂ ਕੋਣ ਜੀ ਇਹਨੂੰ ਕੋਈ ਖਰੀਦਣਾ ਨਹੀਂ ਕਿਹ ਜੀ ਕੋਈ ਉਹਨਾਂ ਮੋਲ ਨਹੀਂ ਕੋਈ ਦੇ ਰਿਹਾ ਮਕਾਨਾਂ ਦਾ ਜੀ ਵੇਚਣ ਨੂੰ ਤਾਂ ਬਾਹਲੇ ਘਰ ਤਿਆਰ ਆ ਜੀ ਇੱਥੇ ਕੋਈ ਲੈਂਦਾ ਨਹੀਂ ਜੀ ਖਰੀਦਦਾ ਨਹੀਂ ਕੋਈ ਮੋਲ ਨਹੀਂ ਉਹਨਾਂ ਦਿੰਦਾ ਕੀ ਕਰਾਂ ਦੱਸੋ ਤੁਸੀਂ ਦੇਖੋ ਇਹ ਹਾਲਾਤ ਤੁਸੀਂ ਦੇਖ ਲੇ ਇਹ ਹੁਣ ਪ੍ਰਸ਼ਾਸਨ ਨੇ ਦੇਖਣਾ ਵੀ ਇਹਦਾ ਕੀ ਕਰਨਾ ਪੋਲਿਊਸ਼ਨ ਬੋਰਡ ਨੇ ਦੇਖਣਾ ਵੀ ਇਹਦਾ ਕੀ ਕਰਨਾ ਜੇ ਤੁਸੀਂ ਕੋਈ ਇਹਦੇ ਤੇ ਕਾਰਵਾਈ ਚੰਗੀ ਕਰੋਗੇ ਤਾਂ ਪਲੀਜ਼ ਮੈਨੂੰ ਦੱਸ ਦਿਓ ਮੈਂ ਉਹ ਵੀ ਦਿਖਾ ਦਿਆਂ ਪੀਆ ਸਾਡੇ ਪ੍ਰਸ਼ਾਸਨ ਨੇ ਆ ਬਹੁਤ ਵਧੀਆ ਕੰਮ ਕੀਤਾ ਜਿੰਨੇ ਦਰ ਨਹੀਂ ਕੀਤਾ ਉਹ ਗਿਆ ਵੇਲਾ ਪਰ ਹੁਣ ਜਿਹੜਾ ਕੀਤਾ ਜਾਂ ਕਰੋਗੇ ਕਾਈਂਡਲੀ ਮੈਨੂੰ ਜਰੂਰ ਇਨਫੋਰਮ ਕਰਿਓ ਮੈਂ ਉਦੋਂ ਦੱਸੂਗਾ ਵੀ ਇਸ ਡਿਪਾਰਟਮੈਂਟ ਨੇ ਇੱਥੇ ਆ ਕੀਤਾ ਇਸ ਕਰਕੇ ਫਿਲਹਾਲ ਤਾਂ ਮੈਨੂੰ ਇਹ ਲੱਗਦਾ ਵੀ ਇਸ ਆਸ ਦੇ ਵਿੱਚ ਕਿ ਤੁਸੀਂ ਚੰਗਾ ਕਦਮ ਚੁੱਕੋਗੇ ਵੀ ਜਿਹਦੇ ਵਿੱਚ ਇਹ ਲੋਕ ਪਰੇਸ਼ਾਨ ਨਾ ਹੋਣ بیمار ਨਾ ਹੋਣ ਕੈਂਸਰ ਵਰਗੀ ਬਿਮਾਰੀ ਬਿਕੋਜ਼ ਇਹ ਤੁਸੀਂ ਦੇਖ ਲਓ ਕਿੰਨਾ ਕਿੰਨਾ ਬੁਰਾ ਪਾਣੀ ਹੈ ਕਿੰਨਾ ਗੰਦਾ ਪਾਣੀ ਹੈ ਇਹਦੇ ਵਿੱਚ ਕਿੰਨੇ ਕੈਮੀਕਲਸ ਹੋਣਗੇ ਇਹ ਹੀ ਪਾਣੀ ਮੋਟਰਾਂ ਰਾਈ ਇਹਨਾਂ ਦੇ ਘਰਾਂ 'ਚ ਜਾਂਦਾ ਤੇ ਬੋ ਹੈ ਜਿਹੜੀ ਇਸ ਕਰਕੇ ਤੁਸੀਂ ਕਰੋ ਇਲਾਜ ਕਰੋ ਕਾਰਵਾਈ ਕੱਢੋ ਕੋਈ ਰਾਹ ਤੇ ਮੈਨੂੰ ਦਿਓ ਇਜਾਜ਼ਤ ਸੱਤਰੇ ਕਾਲ